ਪੰਜਾਬ ਸਰਕਾਰ ਵੱਲੋਂ ਬਠਿੰਡੇ ਦੇ ਬੰਦ ਕੀਤੇ ਗਏ ਗੁਰੂ ਨਾਨਕ ਦੇਵ ਥਰਮਲ ਪਲਾਂਟ ਦਾ ਮੁੱਦਾ ਮੁੜ ਸੁਰਖੀਆਂ ਵਿੱਚ ਹੈ। ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਬਠਿੰਡਾ ਦੇ ਥਰਮਲ ਪਲਾਂਟ ਬਾਰੇ ਮੁੜ ਵਿਚਾਰ ਕਰਨ ਦੇ ਬਿਆਨ ਤੇ ਵਿਰੋਧੀਆਂ ਨੇ ਸਰਕਾਰ ਨੂੰ ਮੁੜ ਘੇਰ ਲਿਆ। ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਾਏ ਨੇ ਕਿ ਸਰਕਾਰ ਨੇ ਆਪਣੇ ਵਾਅਦੇ ਦੇ ਉਲਟ ਜਾਂਦਿਆਂ ਥਰਮਲ ਪਲਾਂਟ ਨੂੰ ਬੰਦ ਕੀਤਾ, ਜਿਸ ਨਾਲ ਹਜ਼ਾਰਾਂ ਲੋਕ ਬੇਰੁਜ਼ਗਾਰ ਹੋਏ ਨੇ। ਪੰਜਾਬ ਦੇ ਲੋਕਾਂ ਨੂੰ ਇੱਕ ਸ਼ਾਨਦਾਰ ਤੇ ਗੌਰਵਮਈ ਪੰਜਾਬ ਦਾ ਚਿੰਨ੍ਹ ਸੀ ਜਿਹੜਾ ਉਹ ਗੁਆਉਣਾ ਪਿਆ ਵਾ, ਜਿਸ ਨੇ ਪੰਜਾਬ ਦੇ ਵਿੱਚ ਉੱਨਤੀ ਲਿਆਂਦੀ, ਜਿਸ ਥਰਮਲ ਪਾਵਰ ਪਲਾਂਟ ਨੇ ਪੰਜਾਬ ਦੇ ਵਿੱਚ ਰੋਸ਼ਨੀ ਲਿਆਂਦੀ, ਜਿਸ ਦੇ ਕਰਕੇ ਪੰਜਾਬ ਦੇ ਨਾ ਸਿਰਫ ਇੰਡਸਟਰੀਅਲ ਬਲਕਿ ਐਗਰੀਕਲਚਰ ਸੈਕਟਰ ਦੇ ਵਿੱਚ ਖੁਸ਼ਹਾਲੀ ਆਈ, ਉਹ ਸਾਰਾ ਜਿਹੜਾ ਇੱਕ ਸੀਗਾ ਔਰ ਬਲਕਿ ਇਟਸ ਲਾਈਕ ਏ ਪ੍ਰਾਈਡ ਆਫ ਦੀ ਪੰਜਾਬੀਜ਼, ਉਹ ਪੰਜਾਬ ਦਾ ਪਾਵਰ ਪਲਾਂਟ ਜਿਹੜਾ ਬੰਦ ਕਰਨਾ ਪਿਆ ਔਰ ਉਸ ਸਰਕਾਰ ਨੇ ਬੰਦ ਕੀਤਾ ਜਿਹਨੇ ਆਪਣੇ ਮੈਨੀਫੈਸਟੋ ਵਿੱਚ ਕਲੀਅਰ ਕੱਟ ਲਿਖਿਆ ਸੀਗਾ ਕਿ ਅਸੀਂ ਪਾਵਰ ਪਲਾਂਟ ਨੂੰ ਬੰਦ ਨਹੀਂ ਹੋਣ ਦੇਵਾਂਗੇ, ਇਸ ਨੂੰ ਅਸੀਂ ਚਲਾਵਾਂਗੇ। ਹੋਇਆ ਉਸਦੇ ਬਿਲਕੁਲ ਉਲਟਾ। ਆਉਂਦੇ ਸਾਰ ਪਹਿਲਾਂ ਸਭ ਤੋਂ ਵੱਡਾ ਕੰਮ ਜਿਹੜਾ ਇਸ ਇਲਾਕੇ ਦਾ ਬਠਿੰਡੇ ਦਾ ਸੀਗਾ ਉਹ ਥਰਮਲ ਪਾਵਰ ਪਲਾਂਟ ਨੂੰ ਬੰਦ ਕੀਤਾ ਗਿਆ, ਜਦਕਿ ਇਹਦੀ ਰੈਨੋਵੇਸ਼ਨ ਅਤੇ ਮਾਡਰਨਾਈਜੇਸ਼ਨ ਜਿਹੜੀ ਆ ਉਹ ਦੀਪਕ ਜੀ ਦੱਸ ਰਹੇ ਨੇ ਆਈ ਵਾਜ਼ ਥਿੰਕਿੰਗ ਕਿ 2025 ਤੱਕ ਸੀਗਾ ਅਪਡੇਟਡ, ਬਟ ਨਾਓ ਹੀ ਸੇਜ਼ ਕਿ ਐਜ਼ ਪਰ ਦੀ ਰਿਪੋਰਟਸ 2029 ਤੱਕ ਇਹ ਪਾਵਰ ਪਲਾਂਟ ਫੰਕਸ਼ਨਲ ਰਹਿ ਸਕਦਾ ਸੀਗਾ।